ਬਿਹਾਰ ਦੀ ਧਰਤੀ ਪੰਜਾਬ ਲਈ ਤੇ ਸਿੱਖਾਂ ਲਈ ਬੜੀ ਅਹਿਮ ਹੈ ਤੇ ਖਾਸ ਤੌਰ ਤੇ ਇਹ ਪਟਨਾ ਸ਼ਹਿਰ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜਨਮ ਲਿਆ ਦਸਮ ਪਾਤਸ਼ਾਹ ਨੇ ਉਹਨਾਂ ਇਸ ਧਰਤੀ ਦੇ ਉੱਤੇ ਉਹ ਖੇਡੇ ਇਸ ਧਰਤੀ ਦੇ ਉੱਤੇ ਉਹਨਾਂ ਦਾ ਜਨਮ ਬੀਤਿਆ ਸੋ ਇਸ ਧਰਤੀ ਤੇ ਜਿਹੜਾ ਮਨਾਇਆ ਜਾਣ ਵਾਲਾ ਪ੍ਰਕਾਸ਼ ਪੁਰਬਾ ਉਸ ਤੇ ਸਾਰੀ ਦੁਨੀਆ ਤੋਂ ਜਿਹੜਾ ਸਿੱਖ ਹੈ ਉਹ ਇੱਥੇ ਆਉਂਦਾ ਜਿਹੜਾ ਨਹੀਂ ਵੀ ਆਉਂਦਾ ਉਹਦਾ ਮਨ ਕਰਕੇ ਇੱਥੇ ਜ਼ਰੂਰ ਹਰ ਬੰਦਾ ਪਹੁੰਚਦਾ ਤੇ ਖਾਸ ਤੌਰ ਤੇ ਸਾਨੂੰ ਇਸ ਗੱਲ ਦਾ ਮਾਣ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਔਰ ਉਹਨਾਂ ਦੀ ਸਾਰੀ ਜਿਹੜੀ ਜਿਹੜਾ ਉਹਨਾਂ ਦਾ ਕਾਰਜ ਪ੍ਰਣਾਲੀ ਸੀ ਉਹਨਾਂ ਸਾਰਿਆਂ ਨੇ ਬਹੁਤ بڑا ਸਹਿਯੋਗ ਦਿੱਤਾ ਅਸੀਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਵੀ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਤੇ ਹੁਣ ਵੀ ਮੈਨੂੰ ਜਦੋਂ ਸਾਰੇ ਪ੍ਰਧਾਨ ਸਾਹਿਬ ਨੇ ਸਾਰੀ ਕਮੇਟੀ ਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਹੁਣ ਵੀ ਜਿੰਨੇ ਪ੍ਰਬੰਧ ਹੋ ਰਹੇ ਨੇ ਉਹਨਾਂ ਪ੍ਰਬੰਧਾਂ ਦੇ ਵਿੱਚ ਉਹ ਸਾਰਾ ਪ੍ਰਬੰਧ ਉਸੇ ਤਰ੍ਹਾਂ ਹੀ ਕਰ ਰਿਹਾ ਜਿਵੇਂ ਕਿ ਜਿਹੜੀਆਂ ਬੱਸਾਂ ਦੇ ਰਹੇ ਨੇ ਜਾਂ ਰਹਿਣ ਦਾ ਪ੍ਰਬੰਧ ਵੀ ਵੱਡੇ ਪੱਧਰ ਤੇ ਦੇ ਰਹੇ ਨੇ ਸੋ ਅਸੀਂ ਵਿਸ਼ੇਸ਼ ਕਰਕੇ ਪੰਜਾਬ ਤੋਂ ਔਰ ਸ਼ੌਣੀ ਗੁਰਦੁਆਰਾ ਪਰੰਦਰ ਕਮੇਟੀ ਤੋਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਅੱਜ ਦੀ ਸਾਡੀ ਮੀਟਿੰਗ ਸੀ ਇਸ ਮੀਟਿੰਗ ਦੇ ਵਿੱਚ ਇੱਕ ਅਹਿਮ ਮੁੱਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਇੱਥੇ ਪਡਣਾ ਸਾਹਿਬ ਤਖਤ ਸਾਹਿਬ ਤੇ ਇਹ ਕੁਝ ਐਸੀ ਕਾਰਨਾ ਵਾਪਰੀ ਜਿਹਦੇ ਨਾਲ ਸੋਚੇ ਸਿੱਖ ਜਗਤ ਦੇ ਅੰਦਰ ਮੰਨ ਦੇ ਅੰਦਰ ਕਾਫੀ ਡੂੰਗਾ ਉਸ ਗੱਲ ਦਾ ਦੁੱਖ ਨਿਕਲਾ ਦੁੱਖ ਲਗਿਆ ਸੋ ਮੈਂ ਉਹਦਾ ਅਜ ਖੁਲਾਸੇ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਉਸ ਮਸਲੇ ਨੂੰ ਲੈ ਕੇ ਸ੍ਰੀ ਕਾਲ ਤਖਤ ਸਾਹਿਬ ਜਿਹੜੇ ਕਿ ਸਾਡੇ ਸਰਮੌਰ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਿਹੜੇ ਕਿ ਉਹਨਾਂ ਦੀ ਇੱਕ ਜ਼ਿੰਮੇਵਾਰੀ ਆ ਜਿਹੜੀ ਇਸ ਗੱਲ ਨੂੰ ਲੁਭਾਉਂਦੇ ਆ ਕਿ ਸਮੁੱਚੇ ਸਿੱਖ ਜਗਤ ਦੇ ਅੰਦਰ ਕਿਤੇ ਵੀ ਕੋਈ ਮਰਯਾਦਾ ਦਾ ਮਸਲਾ ਹੋਵੇ ਸਿੱਖਾਂ ਦਾ ਆਪਸੀ ਕੋਈ ਤਣਾਅ ਪੈਦਾ ਹੋਵੇ ਤੇ ਜਿਹੜਾ ਪ੍ਰਬੰਧ ਆ ਉਸ ਪ੍ਰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਰਹਿ ਜਵੇ ਤਾਂ ਸਿੰਘ ਸਾਹਿਬ ਉਸ ਵਿੱਚ ਆਪਣਾ ਦਖਲ ਦਿੰਦੇ ਆ ਸੋ ਪਿਛਲੇ ਦਿਨੀ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਸਿੰਘ ਸਾਹਿਬ ਨੇ ਜਿਹੜੀ ਨਿਯੁਕਤ ਕੀਤੀ ਸੀ ਉਹ ਦਾਸ ਦਾ ਨਾਮ ਗੁਰਚਰਨ ਸਿੰਘ ਗਰੇਵਾਲ ਬਾਬਾ ਮੇਜਰ ਸਿੰਘ ਜੀ ਤਰਨਤਲ ਦਲਵਾਲੇ ਸੂਰਜ ਸਿੰਘ ਜੀ ਨਲਵਾ ਸਾਹਿਬ ਉਹਦੇ ਵਿੱਚ ਸ਼ਾਮਲ ਹੋਏ ਅਜੀਤ ਸਿੰਘ ਜੀ ਬਾਰੀ ਕੋਲਕੱਤਾ ਤੋਂ ਨੇ ਸੋਨੂ ਸਿੰਘ ਜੀ ਮਹਾਰਾਜਾ ਜੀ ਉਹਦੇ ਵਿੱਚ ਸ਼ਾਮਲ ਆ ਉਹਦੇ ਨਾਲ ਦੀ ਨਾਲ ਇੱਕ ਕੋਆਰਡੀਨੇਸ਼ਨ ਕਰਨ ਵਾਸਤੇ ਇਥੋਂ ਦੇ ਪ੍ਰਬੰਧਕਾਂ ਕੋਲੋਂ ਤਿੰਨ ਨਾਮ ਲਏ ਗਏ ਰਵਨੀਤ ਸਿੰਘ ਜੀ ਲਾਂਬਾ ਜਗਜੀਵਨ ਸਿੰਘ ਜੀ ਪਟਨਾ ਔਰ ਗੁਰਚਰਨ ਸਿੰਘ ਜੀ ਬਿੱਲਾ ਤੇ ਬਲਦੇਵ ਸਿੰਘ ਜੀ ਤੇ ਸੁਖਪਾਲ ਸਿੰਘ ਜੀ ਇਹਨਾਂ ਨੂੰ ਸਾਰਿਆਂ ਨੂੰ ਉਸ ਕਮੇਟੀ ਦੇ ਵਿੱਚ ਲਿਆ ਗਿਆ ਇਸ ਕਮੇਟੀ ਦਾ ਜਿਹੜਾ ਮੁੱਖ ਮਕਸਦ ਇਹ ਹੀ ਆ ਕਿ ਇਹ ਜਿਹੜਾ ਆਪਣਾ ਪ੍ਰਕਾਸ਼ ਪੁਰਬਾ ਉਸ ਪ੍ਰਕਾਸ਼ ਪੁਰਬ ਨੂੰ ਸਮੁੱਚੇ ਰੂਪ ਵਿੱਚ ਇਕੱਠੇ ਹੋ ਕੇ ਚਾਹੇ ਇੱਥੋਂ ਦੇ ਲੋਕਲ ਨੇ ਚਾਹੇ ਇੱਥੋਂ ਦੇ ਸੇਵਾਦਾਰ ਨੇ ਚਾਹੇ ਇੱਥੋਂ ਦੇ ਪ੍ਰਬੰਧਕ ਨੇ ਚਾਹੇ ਜਿਹੜੇ ਪ੍ਰਬੰਧਕ ਜਿਨ੍ਹਾਂ ਦਾ ਆਪਸੀ ਕੋਈ ਮਨਮਟਾਬ ਵੀ ਆ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਹਰੇਕ ਵਰਗ ਨੂੰ ਨਾਲ ਲੈ ਕੇ ਪ੍ਰਕਾਸ਼ ਪੁਰਬ ਦਾ ਜਾਹੋ ਜਲਾਲ ਜਿਹੜਾ ਉਸੇ ਤਰ੍ਹਾਂ ਦਾ ਹੋਵੇ ਜਿਹੜਾ ਹਮੇਸ਼ਾ ਪਹਿਲਾਂ ਹੁੰਦਾ ਕੋਈ ਵੀ ਘਟਨਾ ਵਾਪਰੀ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਚੱਲਦੀਆਂ ਰਹਿੰਦੀਆਂ ਉਹ ਜਿਹੜੇ ਮਾਮਲੇ ਨੇ ਉਹ ਪ੍ਰਕਾਸ਼ ਪੁਰਬ ਤੋਂ ਬਾਅਦ ਬੈਠ ਕੇ ਸਾਰਿਆਂ ਦੀ ਰਾਏ ਦੇ ਨਾਲ ਉਹ ਸੁਲਝ ਜਾਣਗੇ ਸੋ ਇਹ ਇੱਕ ਜਿਹੜੀ ਵੱਡੀ ਗੱਲ ਹੈ ਕਿ ਮਰਜ਼ਾਦਾ ਜਿਹੜੀ ਹੈ ਉਹ ਸਹੀ ਤੇ ਸੰਪੂਰਨ ਤੌਰ ਤੇ ਜਿਹੜੀ ਨਿਭਾਈ ਜਾਵੇ ਤਾਂ ਕਿਉਂਕਿ ਹਰ ਸਿੱਖ ਦਾ ਇਸ ਇਹਨਾਂ ਦਿਨਾਂ 'ਚ ਇਸ ਪਟਨਾ ਸਾਹਿਬ ਦੀ ਧਰਤੀ ਤੇ ਜੁੜਿਆ ਹੁੰਦਾ ਚਾਹੇ ਪਹੁੰਚ ਕੇ ਜੁੜਿਆ ਹੁੰਦਾ ਚਾਹੇ ਮੀਡੀਆ ਨਾਲ ਜੁੜਿਆ ਹੁੰਦਾ ਚਾਹੇ ਸਾਡੇ ਮੋਬਾਈਲ ਨਾਲ ਜੁੜਿਆ ਹੁੰਦਾ ਸੋ ਇਹ ਸਾਡੇ ਵਾਸਤੇ ਬਹੁਤ ਮਹਾਨ ਦਿਨ ਸੋ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਜਿਹੜੀ ਸਾਰੀ ਕਮੇਟੀ ਇੱਥੇ ਆਈ ਉਹ ਤੇ ਸਾਰੇ ਸਾਡੇ ਪ੍ਰਬੰਧਕਾਂ ਨਾਲ ਬੜਾ ਸਹਿਯੋਗ ਮਿਲਿਆ ਤੇ ਇਹ ਵੀ ਹੁਕਮ ਹੋਇਆ ਸਿੰਘ ਸਾਹਿਬ ਵੱਲੋਂ ਕਿ ਸਿੰਘ ਸਾਹਿਬ ਦਾ ਜਿਹੜਾ ਫੈਸਲਾ ਜਾਂ ਕੋਈ ਉਹਨਾਂ ਦਾ ਜਿਹੜਾ ਫਾਰਮੂਲਾ ਕਹ ਲਈਏ ਉਹ ਕਿਸੇ ਇੱਕ ਲਈ ਨਹੀਂ ਹੁੰਦਾ ਉਹ ਸਮੂਚਿਆਂ ਲਈ ਸਾਂਝਾ ਤੌਰ ਤੇ ਹੁੰਦਾ ਕਿਉਂਕਿ ਕਾਲ ਤਖਤ ਸਾਹਿਬ ਦੇ ਜਹਦਰ ਸਾਰਿਆਂ ਦੇ ਸਾਂਝੇ ਨੇ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਸਮੂਚੇ ਜਿੰਨੇ ਇੱਥੇ ਰਹਿ ਰਹੇ ਨੇ ਚਾਹੇ ਉਸ ਘਟਨਾ ਦੇ ਵਿੱਚ ਸ਼ਾਮਲ ਸੀ ਜਾਂ ਨਹੀਂ ਸੀ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਖਿਆਲ ਨਹੀਂ ਆਉਣਾ ਚਾਹੀਦਾ ਕਿ ਸਿੰਘ ਸਾਹਿਬ ਇੱਥੋਂ ਦੇ ਪ੍ਰਬੰਧ ਵਿੱਚ ਕੋਈ ਦਖਲ ਦੇਣਾ ਚਾਹੁੰਦੇ ਨੇ ਇੱਥੋਂ ਦੇ ਕਿਸੇ ਹੋਰ ਸਿਸਟਮ ਦੇ ਵਿੱਚ ਕੋਈ ਆਪਣਾ ਬੰਦਾ ਨਿਯੁਕਤ ਕਰਨਾ ਚਾਹੁੰਦੇ ਨੇ ਸਿੰਘ ਸਾਹਿਬ ਇੱਥੋਂ ਦੇ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣ ਲਈ ਮਰਯਾਦਾ ਨੂੰ ਬਹਾਲ ਕਰਨ ਲਈ ਇਸ ਕਰਕੇ ਇਹ ਸਹਿਯੋਗ ਕਰਨ ਲਈ ਇਹ ਕਮੇਟੀ ਭੇਜੀ ਆ ਪ੍ਰਬੰਧ ਇੱਥੋਂ ਦੇ ਸਿਖਾ ਨੇ ਚਲਾਉਣਾ ਇੱਥੋਂ ਦੇ ਪ੍ਰਬੰਧਕਾਂ ਨੇ ਚਲਾਉਣਾ ਇੱਥੋਂ ਦੇ ਸੇਵਾਦਾਰਾਂ ਨੇ ਚਲਾਉਣਾ ਸੋ ਇਸ ਕਰਕੇ ਇਹ ਗੱਲ ਜਿਹੜੀ ਆ ਇਹ ਸਹੀ ਤੌਰ ਤੇ ਜਾਣੀ ਜਾਵੇ ਤੇ ਇਹ ਨੂੰ ਮੰਨਿਆ ਜਾਵੇ ਕਿ ਇਹ ਜਿਹੜਾ ਸਿੰਘ ਸਾਹਿਬ ਦਾ ਫਰਮਾਨ ਹੈ ਉਹ ਸਮੁੱਚੇ ਸਿੱਖਾਂ ਨੂੰ ਇਕੱਠਿਆਂ ਕਰਕੇ ਪ੍ਰਬੰਧ ਨੂੰ ਚਲਾਉਣਾ ਤੇ ਜਿਹੜਾ ਪ੍ਰਕਾਸ਼ ਪੁਰਬਾ ਉਹਨੂੰ ਬਣਾਉਣ ਦਾ ਇਹ ਜਿਹੜਾ ਫੈਸਲਾ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਦੇ ਹੀ ਦਿੱਤੀ ਆ ਕਿ ਐਤ ਕੀ ਵਾਰ ਵਿਦੇਸ਼ਾਂ ਤੋਂ ਬਹੁਤ ਵੱਡੀ ਪਸੰਦ ਤੌਰ ਤੇ ਸੰਗਤ ਆ ਰਹੀ ਹੈ ਕਰੋਨਾ ਦੇ ਕਰਕੇ ਜਿਹੜੇ ਨਹੀਂ ਆ ਸਕਦੇ ਤੇ ਹੋਰ ਵੀ ਦੇਸ਼ ਤੋਂ ਵਕ ਵਕ ਥਾਵਾਂ ਤੋਂ ਹੁਣੇ ਹੀ ਪ੍ਰਧਾਨ ਜੀ ਦੱਸ ਰਹੇ ਸੀ ਕਿ ਟ੍ਰੇਨਾਂ ਵਿਸ਼ੇਸ਼ ਕਰਕੇ ਚਲਾਈ ਗਈਆਂ ਆ ਫਲਾਈਟਸ ਵੀ ਚੱਲ ਰਹੀਆਂ ਨੇ ਸੋ ਸਾਰੇ ਹੀ ਜਿਹੜੇ ਵੱਡੇ ਪ੍ਰਬੰਧ ਸਰਕਾਰ ਵੀ ਕਰ ਰਹੀ ਆ ਪਰ ਮੈਂ ਫੇਰ ਅਖੀਰ ਦੇ ਵਿੱਚ ਨतीश ਕੁਮਾਰ ਜੀ ਦਾ ਤੇ ਉਹਨਾਂ ਦੀ ਸਾਰੀ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਜਿੰਦਾ ਵੱਡਾ ਉਹ ਸਹਿਯੋਗ ਦੇ ਕੇ ਇਸ ਪ੍ਰਬੰਧ ਦੇ ਵਿੱਚ ਸ਼ਾਮਲ ਹੋ ਰਹੇ ਆ